ਮੇਰੀ ਘਰ ਵਾਲੀ ਜਸਵਿੰਦਰ ਕੌਰ ਨੂੰ ਚੈੱਕਅਪ ਕਰਾਉਣ ਲਈ ਸੀ ਜੋਗਿੰਦਰਾ ਕੈਂਪ ਮੰਡੀ ਗੁੰਗੜ ਗਏ, ਜਿਸ ਨੂੰ ਉਹਨੂੰ ਬਵਾਸੀਰ ਦੀ ਪ੍ਰੋਬਲਮ ਨਿਕਲੀ। ਉਸ ਤੋਂ ਬਾਅਦ ਅਸੀਂ ਰਾਣਾ ਹਸਪਤਾਲ ਚੈੱਕਅਪ ਕਰਾਉਣ ਲਈ ਸਰਹੰਦ ਪਹੁੰਚੇ, ਜਿਨ੍ਹਾਂ ਉਹਨਾਂ ਨੇ ਓਪਰੇਸ਼ਨ ਕੀਤਾ। ਓਪਰੇਸ਼ਨ ਠੀਕ ਠਾਕ ਹੋ ਚੁੱਕਾ ਹੈ। ਹੁਣ ਅਸੀਂ ਘਰ ਜਾ ਰਹੇ ਹਾਂ। ਅਸੀਂ ਧੰਨਵਾਦ ਕਰ ਰਹੇ ਹਾਂ ਜੋਗਿੰਦਰਾ ਕੈਂਪ ਐਂਡ ਰਾਣਾ ਹਸਪਤਾਲ ਦਾ। ਸਤਿ ਸ਼੍ਰੀ ਅਕਾਲ, ਮੈਂ ਰਾਜਪੁਰ ਸ਼ਹਿਰ ਦੀ ਰਹਿਣ ਵਾਲੀ ਹਾਂ। ਮੇਰਾ ਬਵਾਸੀਰ ਦਾ ਓਪਰੇਸ਼ਨ ਹੋਇਆ ਰਾਣਾ ਹੋਸਪਿਟਲ। ਬਹੁਤ ਹੀ ਵਧੀਆ ਤਰੀਕੇ ਨਾਲ ਮੇਰਾ ਓਪਰੇਸ਼ਨ ਹੋਇਆ, ਮੈਂ ਇਹਨਾਂ ਦਾ ਧੰਨਵਾਦ ਕਰਦੀ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ, ਮੇਰਾ ਨਾਮ ਇੰਦਰਜੀਤ ਕੌਰ ਹੈ। ਮੈਂ ਤਲਵੰਡੀ ਪਿੰਡ ਜ਼ਿਲ੍ਹਾ ਰਾਏਕੋਟ ਦੀ ਰਹਿਣ ਵਾਲੀ ਹਾਂ। ਚੰਡੀਗੜ੍ਹ ਜੋਗਿੰਦਰਾ ਕੈਂਪ ਵਿੱਚ ਮੇਰਾ ਚੈੱਕਅਪ ਹੋਇਆ। ਹੁਣ ਮੈਂ ਪਿੱਤੇ ਦੀ ਪੱਥਰੀ ਦਾ ਓਪਰੇਸ਼ਨ ਰਾਣਾ ਹੋਸਪਿਟਲ ਵਿੱਚ ਕਰਵਾਇਆ। ਮੇਰਾ ਪਿੱਤੇ ਦਾ ਓਪਰੇਸ਼ਨ ਬਿਲਕੁਲ ਠੀਕ ਠਾਕ ਹੈ, ਤਾਂ ਮੈਂ ਆਪਣੇ ਘਰ ਜਾ ਰਹੀ ਹਾਂ। ਮੈਂ ਜੋਗਿੰਦਰਾ ਕੈਂਪ ਅਤੇ ਰਾਣਾ ਹੋਸਪਿਟਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਥੈਂਕ ਯੂ। ਅਮਰਵਿੰਦਰ ਕੌਰ ਹੈ, ਮੈਂ ਬਸੀ ਪਠਾਣਾ ਦੀ ਰਹਿਣ ਵਾਲੀ ਹਾਂ। ਮੰਡੀ ਗੋਬਿੰਦਗੜ੍ਹ ਜੋਗਿੰਦਰਾ ਕੈਂਪ ਲੱਗਾ ਸੀ, ਉੱਥੇ ਮੇਰਾ ਚੈੱਕਅਪ ਹੋਇਆ ਅਤੇ ਮੇਰੇ ਪਿੱਤੇ ਵਿੱਚ ਪੱਥਰੀ ਨਿਕਲੀ, ਅਤੇ ਹੁਣ ਮੇਰਾ ਓਪਰੇਸ਼ਨ ਰਾਣਾ ਹਸਪਤਾਲ ਸਰਹੰਦ ਵਿੱਚ ਹੋਇਆ, ਅਤੇ ਮੈਂ ਬਿਲਕੁਲ ਠੀਕ ਠਾਕ ਘਰ ਜਾ ਰਹੀ ਹਾਂ। ਮੈਂ ਰਾਣਾ ਹਸਪਤਾਲ ਅਤੇ ਜੋਗਿੰਦਰਾ ਕੈਂਪ ਦਾ ਧੰਨਵਾਦ ਕਰਦੀ ਹਾਂ। ਮੇਰਾ ਨਾਮ ਮੋਨਿਕਾ ਹੈ ਔਰ ਮੈਂ ਖੰਨਾ ਸੇ ਆਈ ਹੂੰ। ਮੈਨੇ ਜੋਗਿੰਦਰਾ ਕੈਂਪ ਜੋ ਲਗਾ ਥਾ ਵਹਾਂ ਪਰ ਆਪਣਾ ਚੈੱਕਅਪ ਕਰਵਾਇਆ, ਜਹਾਂ ਕਿ ਜੋ ਕਿ ਮੇਰੀ ਗੋਲ ਬਲੈਡਰ ਕੀ ਸਟੋਨ ਥੀ, ਵਹਾਂ ਪਰ ਉਹਨਾਂ ਨੇ ਮੁਝੇ ਓਪਰੇਟ ਕਰਨੇ ਕੇ ਲੀ ਸੁਜੈਸਟ ਕੀਆ, ਜੋ ਕਿ ਸਰਹੰਦ ਮੇਂ ਰਾਣਾ ਹੋਸਪਿਟਲ ਮੇਂ ਕੀਆ ਗਿਆ। ਮੈਂ ਯਹਾਂ ਸੇ ਠੀਕ ਠਾਕ ਹੋ ਕਰ ਪੂਰੀ ਸੈਟਿਸਫੈਕਸ਼ਨ ਕੇ ਸਾਥ ਵਾਪਿਸ ਜਾ ਰਹੀ ਹੂੰ ਔਰ ਇਸਕੇ ਲੀਏ ਮੈਂ ਜੋਗਿੰਦਰਾ ਕੈਂਪ ਔਰ ਰਾਣਾ ਹੋਸਪਿਟਲ ਕਾ ਤਹੇ ਦਿਲ ਸੇ ਸ਼ੁਕਰੀਆ ਅਦਾ ਕਰਤੀ ਹੂੰ। ਥੈਂਕ ਯੂ। ਮੇਰਾ ਨਾਮ ਰਵੀ ਸ਼ਰਮਾ ਜੀ, ਅਤੇ ਜੋਗਿੰਦਰਾ ਟਰੱਸਟ ਨੇ ਕੈਂਪ ਲਗਾਇਆ ਅਤੇ ਮੈਂ ਉੱਥੇ ਚੈੱਕਅਪ ਕਰਾਉਣ ਗਿਆ। ਉੱਥੇ ਆਪਣਾ ਰਾਣਾ ਹੋਸਪਿਟਲ ਸਰਹੰਦ ਤੋਂ ਡਾਕਟਰ ਆਏ ਹੋਏ ਸੀ ਅਤੇ ਉਹਨਾਂ ਨੇ ਮੈਨੂੰ ਚੈੱਕ ਕੀਤਾ ਅਤੇ ਮੈਨੂੰ ਲਿਪੋਮਾ ਦੀ ਸ਼ਿਕਾਇਤ ਨਿਕਲੀ ਅਤੇ ਉਹਨਾਂ ਨੇ ਮੈਨੂੰ 9 ਇੱਕ ਨੂੰ ਬੁਲਾਇਆ ਅਤੇ ਅੱਜ ਮੇਰਾ ਓਪਰੇਸ਼ਨ ਸਕਸੈਸਫੁਲ ਹੋਇਆ। ਅਤੇ ਮੈਂ ਇਹਨਾਂ ਦਾ ਜੋਗਿੰਦਰ ਟਰੱਸਟ ਅਤੇ ਰਾਣਾ ਹੋਸਪਿਟਲ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜੀ ਅਤੇ ਖੁਸ਼ੀ ਖੁਸ਼ੀ ਮੈਂ ਆਪਣੇ ਘਰ ਜਾ ਰਿਹਾ ਜੀ। ਮੈਂ